ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਹੋਰ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਹੋਈਆਂ ਵਾਰਦਾਤਾਂ ਦਾ ਅੰਜਾਮ ਆਪਣੇ ਸਿਰ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ, ਲਾਰਿਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ, ਉਸ ਨੂੰ ਜਿਹੜਾ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਦੱਸ ਦਈਏ ਕਿ ਗੋਲਡੀ ਬਰਾੜ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਸੰਬੰਧਿਤ ਹੈ, ਇੱਥੇ ਹੀ ਉਸਨੇ ਜਿਹੜੀ ਆਪਣੀ ਪਹਿਲੀ ਪੜ੍ਹਾਈ ਜਿਹੜੀ ਆ ਉਹ ਕੀਤੀ, ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚਲਾ ਗਿਆ, ਜਿੱਥੇ ਉਹ ਲਾਰਿਸ ਬਿਸ਼ਨੋਈ ਅਤੇ ਉਸਦੇ ਸਾਥੀਆਂ ਦੇ ਨਾਲ ਟੱਚ ਦੇ ਵਿੱਚ ਆਉਂਦਾ ਹੈ। ਔਰ ਗੈਂਗਸਟਰ ਗੋਲਡੀ ਬਰਾੜ ਦੇ ਜੇਕਰ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ ਉਸ ਦੀ ਗੱਲ ਕੀਤੀ ਜਾਵੇ ਤਾਂ 2012 ਦੇ ਵਿੱਚ ਜਦੋਂ ਉਹ 18 ਸਾਲ ਦਾ ਸੀ ਤਾਂ ਪਹਿਲਾ ਜਿਹੜਾ ਮਾਮਲਾ 336 ਦੇ ਤਹਿਤ ਦਰਜ ਹੁੰਦਾ, ਜਿਸ 'ਚ ਦੋ ਗਰੁੱਪਾਂ ਦੀ ਲੜਾਈ ਦਾ ਮਾਮਲਾ ਹੈ ਜੋ ਆਪਸ ਦੇ ਵਿੱਚ ਇਸ ਵਕਤ ਬਿਲਕੁਲ ਉੱਥੇ ਆ, ਜੋ ਗੈਂਗਸਟਰ ਗੋਲਡੀ ਬਰਾੜ ਜਿਸ ਨੂੰ ਅੱਜ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ, ਇਹ ਉਹ ਏਰੀਆ ਕੋਟਕਪੂਰਾ ਰੋਡ ਮੁਕਤਸਰ ਦਾ ਜਿੱਥੇ ਉਸਦਾ ਜੱਦੀ ਘਰ ਹੈ। ਇਹ ਘਰ ਜਿਹੜਾ ਵੱਖ ਵੱਖ ਸਮੇਂ ਦੇ ਵਿੱਚ ਚਰਚਾਵਾਂ ਦੇ ਵਿੱਚ ਰਿਹਾ, ਸਿੱਧੂ ਮੂਸੇਵਾਲਾ ਕਤਲਕਾਂਡ, ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਦਾ ਕਤਲਕਾਂਡ, ਉਸ ਤੋਂ ਬਾਅਦ ਲਗਾਤਾਰ ਇਸ ਘਰ ਵਿਖੇ ਰੇਡਸ ਵੀ ਹੁੰਦੀਆਂ ਰਹੀਆਂ। NIA ਦੀਆਂ ਟੀਮਾਂ ਜਿਹੜੀਆਂ ਉਹ ਵੱਖ ਵੱਖ ਸਮੇਂ ਦੌਰਾਨ ਇਸ ਘਰ ਦੇ ਵਿੱਚ ਜਿਹੜੀਆਂ ਉਹ ਪਹੁੰਚਦੀਆਂ ਰਹੀਆਂ। ਔਰ ਗੋਲਡੀ ਬਰਾੜ ਅਤੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਮਾਮਲਾ ਦਰਜ ਹੁੰਦਾ, ਉਸ ਤੋਂ ਬਾਅਦ ਜਦੋਂ ਉਹ ਕੈਨੇਡਾ ਚਲਾ ਜਾਂਦਾ ਤਾਂ ਜੋ ਤੱਥ ਦੱਸਦੇ ਨੇ ਉਸ ਅਨੁਸਾਰ ਉਸ ਸਮੇਂ ਉਸ 'ਤੇ 4 ਵੱਖ ਵੱਖ ਮਾਮਲੇ ਜਿਹੜੇ ਸੀ ਉਹ ਦਰਜ ਸੀ। ਉਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਹੁੰਦੀਆਂ ਵਾਰਦਾਤਾਂ ਉਹ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਦੇ ਰਾਹੀਂ ਪੋਸਟਾਂ ਪਾ ਕੇ ਆਪਣੇ ਸਿਰ ਲੈਂਦਾ ਰਿਹਾ। ਲਾਰਿਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਗੋਲਡੀ ਬਰਾੜ ਹੈ, ਔਰ ਗੋਲਡੀ ਬਰਾੜ ਨੂੰ ਅੱਜ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਔਰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਹੈ ਚਾਹੇ ਕੋਟਕਪੂਰਾ ਦਾ ਡੇਰਾ ਪ੍ਰੇਮੀ ਕਤਲਕਾਂਡ ਹੈ, ਤਾਂ ਉਹਨਾਂ ਸਾਰੀਆਂ ਵਾਰਦਾਤਾਂ ਨਾਲ ਗੋਲਡੀ ਬਰਾੜ ਨੇ ਆਪਣੇ ਸਿਰ ਜ਼ਿੰਮਾ ਲਿਆ ਅਤੇ ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੱਕਦੇ ਹੋ, ਕਿਉਂਕਿ NIA ਲਗਾਤਾਰ ਰੇਡਸ ਕਰਦੀ ਰਹੀ ਹੈ ਗੈਂਗਸਟਰਾਂ ਦੇ ਵਿਰੁੱਧ, ਜਿਹੜਾ ਭਾਰਤ ਸਰਕਾਰ ਵੱਲੋਂ ਲਗਾਤਾਰ ਜਿਹੜਾ ਗੈਂਗਸਟਰਾਂ 'ਤੇ ਜਿਹੜਾ ਸ਼ਿਕੰਜਾ ਕਸਣ ਦੀ ਜਿਹੜੀ ਆ ਉਹ ਮੁਹਿੰਮ ਚਲਾਈ ਗਈ ਹੈ। ਇਸ ਘਰ ਦੇ ਵਿੱਚ ਜੋ ਗੋਲਡੀ ਬਰਾੜ ਦਾ ਜੱਦੀ ਘਰ ਆ ਮੁਕਤਸਰ ਦੇ ਵਿੱਚ, ਉੱਥੇ ਵੀ NIA ਦੀ ਰੇਡ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਹੋਈ ਆ। ਸੋ ਅੱਜ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਮੁਕਤਸਰ ਦੇ ਨਾਲ ਸੰਬੰਧਿਤ ਇਹ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਨਿਊਜ਼ 18 ਲਈ ਕੁਲਦੀਪ ਸਿੰਘ ਰਿਨੀ, ਸ਼੍ਰੀ ਮੁਕਤਸਰ ਸਾਹਿਬ। ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਹੋਰ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਹੋਈਆਂ ਵਾਰਦਾਤਾਂ ਦਾ ਅੰਜਾਮ ਆਪਣੇ ਸਿਰ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ, ਲਾਰਿਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਗੈਂਗਸਟਰ ਗੋਲਡੀ ਬਰਾੜ, ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ, ਉਸ ਨੂੰ ਜਿਹੜਾ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਦੱਸ ਦਈਏ ਕਿ ਗੋਲਡੀ ਬਰਾੜ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਸੰਬੰਧਿਤ ਹੈ, ਇੱਥੇ ਹੀ ਉਸਨੇ ਜਿਹੜੀ ਆਪਣੀ ਪਹਿਲੀ ਪੜ੍ਹਾਈ ਜਿਹੜੀ ਆ ਉਹ ਕੀਤੀ, ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚਲਾ ਗਿਆ, ਜਿੱਥੇ ਉਹ ਲਾਰਿਸ ਬਿਸ਼ਨੋਈ ਅਤੇ ਉਸਦੇ ਸਾਥੀਆਂ ਦੇ ਨਾਲ ਟੱਚ ਦੇ ਵਿੱਚ ਆਉਂਦਾ ਹੈ। ਔਰ ਗੈਂਗਸਟਰ ਗੋਲਡੀ ਬਰਾੜ ਦੇ ਜੇਕਰ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ ਉਸ ਦੀ ਗੱਲ ਕੀਤੀ ਜਾਵੇ ਤਾਂ 2012 ਦੇ ਵਿੱਚ ਜਦੋਂ ਉਹ 18 ਸਾਲ ਦਾ ਸੀ ਤਾਂ ਪਹਿਲਾ ਜਿਹੜਾ ਮਾਮਲਾ 336 ਦੇ ਤਹਿਤ ਦਰਜ ਹੁੰਦਾ, ਜਿਸ 'ਚ ਦੋ ਗਰੁੱਪਾਂ ਦੀ ਲੜਾਈ ਦਾ ਮਾਮਲਾ ਹੈ ਜੋ ਆਪਸ ਦੇ ਵਿੱਚ ਇਸ ਵਕਤ ਬਿਲਕੁਲ ਉੱਥੇ ਆ, ਜੋ ਗੈਂਗਸਟਰ ਗੋਲਡੀ ਬਰਾੜ ਜਿਸ ਨੂੰ ਅੱਜ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ, ਇਹ ਉਹ ਏਰੀਆ ਕੋਟਕਪੂਰਾ ਰੋਡ ਮੁਕਤਸਰ ਦਾ ਜਿੱਥੇ ਉਸਦਾ ਜੱਦੀ ਘਰ ਹੈ। ਇਹ ਘਰ ਜਿਹੜਾ ਵੱਖ ਵੱਖ ਸਮੇਂ ਦੇ ਵਿੱਚ ਚਰਚਾਵਾਂ ਦੇ ਵਿੱਚ ਰਿਹਾ, ਸਿੱਧੂ ਮੂਸੇਵਾਲਾ ਕਤਲਕਾਂਡ, ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਦਾ ਕਤਲਕਾਂਡ, ਉਸ ਤੋਂ ਬਾਅਦ ਲਗਾਤਾਰ ਇਸ ਘਰ ਵਿਖੇ ਰੇਡਸ ਵੀ ਹੁੰਦੀਆਂ ਰਹੀਆਂ। NIA ਦੀਆਂ ਟੀਮਾਂ ਜਿਹੜੀਆਂ ਉਹ ਵੱਖ ਵੱਖ ਸਮੇਂ ਦੌਰਾਨ ਇਸ ਘਰ ਦੇ ਵਿੱਚ ਜਿਹੜੀਆਂ ਉਹ ਪਹੁੰਚਦੀਆਂ ਰਹੀਆਂ। ਔਰ ਗੋਲਡੀ ਬਰਾੜ ਅਤੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਮਾਮਲਾ ਦਰਜ ਹੁੰਦਾ, ਉਸ ਤੋਂ ਬਾਅਦ ਜਦੋਂ ਉਹ ਕੈਨੇਡਾ ਚਲਾ ਜਾਂਦਾ ਤਾਂ ਜੋ ਤੱਥ ਦੱਸਦੇ ਨੇ ਉਸ ਅਨੁਸਾਰ ਉਸ ਸਮੇਂ ਉਸ 'ਤੇ 4 ਵੱਖ ਵੱਖ ਮਾਮਲੇ ਜਿਹੜੇ ਸੀ ਉਹ ਦਰਜ ਸੀ। ਉਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਹੁੰਦੀਆਂ ਵਾਰਦਾਤਾਂ ਉਹ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਦੇ ਰਾਹੀਂ ਪੋਸਟਾਂ ਪਾ ਕੇ ਆਪਣੇ ਸਿਰ ਲੈਂਦਾ ਰਿਹਾ। ਲਾਰਿਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਗੋਲਡੀ ਬਰਾੜ ਹੈ,
ਔਰ ਗੋਲਡੀ ਬਰਾੜ ਨੂੰ ਅੱਜ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਔਰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਹੈ ਚਾਹੇ ਕੋਟਕਪੂਰਾ ਦਾ ਡੇਰਾ ਪ੍ਰੇਮੀ ਕਤਲਕਾਂਡ ਹੈ, ਤਾਂ ਉਹਨਾਂ ਸਾਰੀਆਂ ਵਾਰਦਾਤਾਂ ਨਾਲ ਗੋਲਡੀ ਬਰਾੜ ਨੇ ਆਪਣੇ ਸਿਰ ਜ਼ਿੰਮਾ ਲਿਆ ਅਤੇ ਭਾਰਤ ਸਰਕਾਰ ਨੇ ਇੱਕ ਵੱਡਾ ਕਦਮ ਚੱਕਦੇ ਹੋ, ਕਿਉਂਕਿ ਐੱਨ ਆਈ ਲਗਾਤਾਰ ਰੇਡਸ ਕਰਦੀ ਰਹੀ ਹੈ ਗੈਂਗਸਟਰਾਂ ਦੇ ਵਿਰੁੱਧ, ਜਿਹੜਾ ਭਾਰਤ ਸਰਕਾਰ ਵੱਲੋਂ ਲਗਾਤਾਰ ਜਿਹੜਾ ਗੈਂਗਸਟਰਾਂ 'ਤੇ ਜਿਹੜਾ ਸ਼ਿਕੰਜਾ ਕਸਣ ਦੀ ਜਿਹੜੀ ਆ ਉਹ ਮੁਹਿੰਮ ਚਲਾਈ ਗਈ ਹੈ। ਇਸ ਘਰ ਦੇ ਵਿੱਚ ਜੋ ਗੋਲਡੀ ਬਰਾੜ ਦਾ ਜੱਦੀ ਘਰ ਆ ਮੁਕਤਸਰ ਦੇ ਵਿੱਚ, ਉੱਥੇ ਵੀ ਐੱਨ ਆਈ ਏ ਦੀ ਰੇਡ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਹੋਈ ਆ। ਸੋ ਅੱਜ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਮੁਕਤਸਰ ਦੇ ਨਾਲ ਸੰਬੰਧਿਤ ਇਹ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਨਿਊਜ਼ 18 ਲਈ ਕੁਲਦੀਪ ਸਿੰਘ ਰਿਨੀ, ਸ਼੍ਰੀ ਮੁਕਤਸਰ ਸਾਹਿਬ।